पंजाब के चार बड़े शहर अमृतसर, जलंधर, लुधियाना तथा पटियाला के बरसाती नाले, जो कि सीवरेज तथा सनियाद का ज्यादा पानी पड़ने के कारण जाम हुए पड़े हैं, उनको जल्द ही निरी सहायता के साथ साफ सुथरा वातावरण के अनुसार बनाया जाएगा। इस संबंधी लोकल बॉडी मिनिस्टर सरदार नवजोत सिंह सिद्धू ने एक प्रेस कॉन्फ्रेंस के दौरान ये जानकारी दी। वहीं उन्होंने पत्रकारों से बातचीत करते हुए कहा कि आज की कीमत के हिसाब से 13 करोड़ रुपए के 64 सीवरेज ट्रीटमेंट प्लांट अलग अलग स्थानों पर लगाए गए थे, जो सारे के सारे सफेद हाथी साबित हुए हैं। उन्होंने बताया कि अमृतसर में सुपर सेक्शन मशीन्स लगाकर अब तक 35 से 40% जाम हुए सीवरेज खोल दिए गए हैं और बरसात से पहले 50% सीवरेज खोलने का अनुमान है, जिसे जल्द ही पूरा किया जाएगा। पंजाब भावे किंच अगे जावे, भावे 1 फुट ते भावे मील, लेकिन जिहड़ी इह ब्रेक थ्रू है ਇਹ ਦਿੱਲੀਓਂ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਐਡਵਾਈਸ ਕੀਤਾ ਸੀ। ਮੇਰੀ ਇਹਨਾਂ ਨਾਲ ਅੱਜ ਤੀਜੀ ਮੀਟਿੰਗ ਹੈ ਔਰ ਪਰਸੋਂ ਅਸੀਂ ਡਿਸਾਈਡ ਕਰ ਰਹੇ ਹਾਂ ਵੀ ਅਸਾਈਨਿੰਗ ਐਨ MOU ਵਿਦ ਦੈਮ ਐਂਡ ਆਈ ਹੈਵ ਵੈਰੀ ਹਾਈ ਹੋਪਸ ਫਰੋਮ ਨੀਰੀ ਟੈਕਨੋਲੋਜੀਜ਼। ਇਸ ਤਰ੍ਹਾਂ ਹੈ ਕਿ ਜਿਹੜੀਆਂ ਸਿੰਪਲ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮਿਸ ਕਰ ਜਾਂਦੇ ਹਾਂ ਔਰ ਵੱਡੀਆਂ ਵੱਡੀਆਂ ਗੱਲਾਂ ਦੇ ਵਿੱਚ ਬੜਾ ਵਕਤ ਬਰਬਾਦ ਕਰਦੇ ਹਾਂ। ਪੰਜਾਬ ਦੀ ਇੱਕ ਸਭ ਤੋਂ ਵੱਡੀ ਮੁੱਢਲੀ ਪ੍ਰੋਬਲਮ ਜਿਹੜੀ ਉੱਭਰ ਕੇ ਆਈ ਹੈ ਐਂਡ ਇਟਸ ਅ ਪਰੀਨੀਅਲ ਪ੍ਰੋਬਲਮ ਵਿਚ ਕੀਪਸ ਰੇਜ਼ਿੰਗ ਇਟਸ ਅਗਲੀ ਹੈਡ ਟਾਈਮ ਐਂਡ ਅਗੇਨ, ਉਹ ਇਹ ਹੈ ਕਿ ਸਾਡੇ ਜਿਹੜੇ ਬਰਸਾਤੀ ਨਾਲੇ ਹੈ ਉਹ ਬਰਸਾਤੀ ਨਾਲੇ ਹੁਣ ਸੀਵਰੇਜ ਦੇ ਨਾਲੇ ਬਣ ਗਏ। ਉਹਦੇ 'ਚ ਮਰੇ ਕੱਟੇ ਤੈਰਦੇ ਆ, ਉਹਦੀ ਡੀਸਿਲਟਿੰਗ ਨਹੀਂ ਹੁੰਦੀ। ਇੱਕ ਹੋਰ ਰਿਵਾਜ਼ ਪੈ ਗਿਆ ਵੀ ਉਹਨਾਂ ਨੂੰ ਕਵਰ ਕਰ ਦਿਓ ਜੀ, ਉਹ ਆਉਂਦੀ ਹੈ ਇਟਸ ਅ ਟਿਪੀਕਲ ਆਸਟ੍ਰਿਚ ਮੈਂਟੈਲਿਟੀ ਕਿ ਜਿਹੜੇ ਬਰਸਾਤੀ ਨਾਲੇ ਆ ਇਹਨਾਂ ਨੂੰ ਕਵਰ ਕਰ ਦਿਓ ਜੀ, ਇਹਨਾਂ ਦੇ ਦੁਕਾਨਾਂ ਪਾ ਦਿਓ ਜੀ ਅਤੇ ਪੈਸੇ ਵੱਟ ਲਓ ਜੀ। ਉਹਦੇ ਨਾਲ ਹੁੰਦਾ ਇਹ ਹੈ ਕਿ ਜਿਹੜਾ ਬਰਸਾਤ ਦਾ ਪਾਣੀ ਥੱਲੋਂ ਚੱਲਦਾ ਹੁੰਦਾ ਉਹਦੇ 'ਚ ਬਿਲਡਿੰਗ ਵੇਸਟ, ਉਹਦੇ 'ਚ ਸੀਵਰੇਜ ਵੇਸਟ, ਉਹਦੇ 'ਚ ਪਲਾਸਟਿਕ, ਉਹ ਜਾਮ ਹੋ ਜਾਂਦਾ ਥੱਲੋਂ ਕਿਉਂਕਿ ਉੱਪਰੋਂ ਕਵਰਡ ਹੈ, ਇਸ ਕਰਕੇ ਥੱਲੋਂ ਜਾਮ ਹੋ ਜਾਂਦਾ। ਸੀਵਰੇਜ ਜਿਹੜਾ ਸੀਵਰੇਜ ਦੇ ਥਰੂ ਜਾਣਾ, ਅਸੀਂ ਉਹ ਸੀਵਰੇਜ ਦਾ ਪਾਣੀ ਵੀ ਬਰਸਾਤੀ ਨਾਲਿਆਂ 'ਚ ਪਾਈ ਜਾ ਰਹੇ ਹਾਂ ਔਰ ਇੱਥੇ ਵੀ ਇਹੀ ਹੋ ਰਿਹਾ, ਕੋਈ ਆਪਸ਼ਨ ਨਹੀਂ ਹੋਰ। ਪਟਿਆਲੇ ਵੀ ਇਹੀ ਹੋ ਰਿਹਾ, ਬੁੱਢਾ ਨਾਲਾ ਧਾਨੀ ਹੈ, ਬੁੱਢਾ ਨਾਲਾ ਵੀ ਉਹ ਸਹਿ ਰਿਹਾ ਇਹ ਸਾਰਾ ਕੁਛ ਅਤੇ ਹਾਲੇ ਤੱਕ ਸ਼ਹੀਦ ਨਹੀਂ ਹੋਇਆ। ਇਹ ਚਾਰੇ ਨਾਲੇ ਜਦੋਂ ਮੈਂ ਦੇਖਦਾ ਤਾਂ ਇਸ ਸਮੱਸਿਆ ਦਾ ਕੋਈ ਸਮਾਧਾਨ ਮੈਨੂੰ ਦਿਖਦਾ ਨਹੀਂ ਸੀ। ਕੋਈ ਕਹਿੰਦਾ ਜੀ ਕੈਮੀਕਲ ਪਾ ਕੇ ਤੋੜ ਦਿਆਂਗੇ, ਕੋਈ ਕਹਿੰਦਾ ਜੀ ਕੁਛ, ਬਟ ਅਸਲੀ ਜਿਹੜੀ 30-40% ਪ੍ਰੋਬਲਮ ਇਹਦੀ ਦੂਰ ਹੁੰਦੀ ਸੀ ਉਹ ਡੀ ਸਿਲਟਿੰਗ ਨਾਲ ਹੁੰਦੀ ਸੀ ਕਿ ਤੁਸੀਂ ਮਸ਼ੀਨ ਲੈ ਕੇ ਉਹਦਾ ਥੱਲੋਂ ਗੰਦ ਚੁੱਕੋ ਅਤੇ ਉਹਨੂੰ ਮੈਨੂਲੀ ਬਾਹਰ ਕੱਢ ਕੇ ਸੁੱਟੋ। ਬਟ ਦੀ ਗਵਰਨਮੈਂਟ ਆਫ ਇੰਡੀਆ ਐਕਚੁਲੀ ਹੈਜ਼ ਮੇਡ ਸੱਚ ਅ ਵੰਡਰਫੁਲ ਬ੍ਰੇਕ ਥਰੂ ਥਰੂ ਦੀਸ ਨੀਰੀ ਟੈਕਨੋਲੋਜੀਜ਼ ਐਂਡ ਦੇਵ ਡਨ ਸਮ ਵੰਡਰਫੁਲ ਵਰਕ ਵਿਚ ਟੂ ਮੀ ਇਜ਼ ਅਮੇਜ਼ਿੰਗ, ਕਿਉਂਕਿ ਇਹਨਾਂ ਦੇ ਇਲਾਜ ਬੜੇ ਸਿੰਪਲ ਨੇ ਔਰ ਜੋ ਇਹ ਕਰਦੇ ਆ ਤੁਹਾਨੂੰ ਅੱਜ ਤੁਸੀਂ ਜਦੋਂ ਦੇਖੋਗੇ। ਫਿਰ ਮੈਂ ਉਦੋਂ ਬਾਅਦ ਜਿਹੜਾ ਜਾਣਾ ਚਾਹੇ ਮੇਰੇ ਨਾਲ ਮੈਂ ਇਹਨਾਂ ਨੂੰ ਬਾਹਰ ਨਾਲੇ ਦੇ ਉੱਤੇ ਲੈ ਕੇ ਚੱਲਿਆ। ਵਾਟ ਇਜ਼ ਦੀ ਸਪੋਟ ਦੈਟ ਯੂ ਡਿਸਾਈਡਿਡ ਬੇਟਾ? ਰਾਮ ਤੀਰਥ ਡਿਸਪੋਜ਼ਲ, ਰਾਈਟ? ਤਾਂ ਉੱਥੇ ਅਸੀਂ ਇਹਨਾਂ ਨੂੰ ਲੈ ਕੇ ਚੱਲਿਆ। ਤੁਸੀਂ ਦੇਖੋ ਤੁਸੀਂ ਕਿ ਉਹ ਸੀਵਰੇਜ ਦਾ ਪਾਣੀ ਹੈ, 2 ਲੱਖ ਲਈ ਸ਼ਹਿਰ ਬਣਿਆ ਸੀਗਾ, ਸਟੋਮ ਵਾਟਰ ਦੇ ਵਿੱਚ ਸੀਵਰੇਜ ਪਾਤਾ ਸੀ, ਫਿਰ ਸਟੋਮ ਵਾਟਰ ਤੋਂ ਅਸੀਂ ਚੁੱਕ ਕੇ ਬਰਸਾਤੀ ਨਾਲਿਆਂ 'ਚ ਔਰ ਇਹ ਪਾਕਿਸਤਾਨ ਤੱਕ ਜਾਂਦੇ ਆ, ਉਹਦੇ 'ਚ ਅਸੀਂ ਸੀਵਰੇਜ ਪਾ ਰਹੇ ਹਾਂ, ਗੰਦਗੀ ਡੰਪ ਕਰ ਰਹੇ ਹਾਂ। ਇਟ ਇਜ਼ ਅਪੋਲਿੰਗ ਐਂਡ ਪਥੈਟਿਕ। ਹੁਣ ਇਹਦਾ ਇਲਾਜ ਕੀ ਹੈ? ਇਹ ਉਹਦੇ 'ਚ ਪੌਦੇ ਲਾਉਂਦੇ ਆ, ਤੁਹਾਨੂੰ ਨਾਲਾ ਦਿਖਦਾ ਹੀ ਨਹੀਂ, ਤੁਹਾਨੂੰ ਬਦਬੂ ਆਉਂਦੀ ਨਹੀਂ, ਉਹਦੇ ਵਿੱਚ ਤੁਹਾਨੂੰ ਐਂ ਲੱਗਦਾ ਜਿਸ ਤਰ੍ਹਾਂ ਕੋਈ ਇੱਕ ਜੰਗਲ ਕ੍ਰੀਏਟ ਹੋ ਗਿਆ। ਨਾਲਾ ਥੱਲੋਂ ਵਗੀ ਜਾਂਦਾ, ਉਹਦੇ ਵਿੱਚ ਇਹ ਨਾਲੇ ਦੇ ਵਿੱਚ ਐਂ ਬਲੋਕਸ ਕਰਕੇ ਥੋੜ੍ਹੇ ਥੋੜ੍ਹੇ ਗੱਡੇ ਕੱਟ ਕੇ, ਕਿਉਂਕਿ ਜਿਹੜੀ ਸਿਲਟ ਹੈ ਉਹ ਗੱਡਿਆਂ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਟਸ ਅ ਬਿਊਟੀਫੁਲ ਸਿਸਟਮ। ਅਤੇ ਤੁਸੀਂ ਜਦੋਂ ਦੇਖੋਗੇ ਕਿ ਵੱਡੀਆਂ ਵੱਡੀਆਂ ਕਾਲੋਨੀਆਂ ਦੇ ਵਿੱਚ ਜਿੱਥੇ ਸੀਵਰੇਜ ਟ੍ਰੀਟਮੈਂਟ ਪਲਾਂਟਸ ਨੇ, ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਦਾ ਹੀ ਨਹੀਂ, ਉਹ ਤਾਂ ਐਂ ਲੱਗਦਾ ਜਿਵੇਂ ਕੋਈ ਲੈਂਡਸਕੇਪ ਜਗ੍ਹਾ ਹੁੰਦੀ ਹੈ। ਇਹ 4 ਜਗ੍ਹਾ ਅਸੀਂ ਚੂਜ਼ ਕੀਤੀਆਂ ਨੇ। ਇੱਕ ਤਾਂ ਪਟਿਆਲੇ ਵਾਲਾ ਨਾਲਾ, ਔਰ ਮੈਂ ਤੁਹਾਨੂੰ ਦੱਸਦਿਆਂ ਪਟਿਆਲੇ ਵਾਲਾ ਨਾਲਾ ਜਿਹੜਾ 100% ਚੋਕਡ ਸੀ, ਵੀ ਬੋਟ ਇਟ ਬੈਕ ਟੂਡੇ। ਇਫ ਆਈ ਆਸਕ ਸੋਨਾਲੀ ਕਿ ਜਿਹੜੇ ਅੰਮ੍ਰਿਤਸਰ ਦੇ ਮੇਨ ਸੀਵਰੇਜ ਬਲੋਕ ਸੀ 95%, ਅਤੇ ਸ਼ੀ ਵਿਲ ਟੈਲ ਮੀ ਦੈਟ ਨਾਓ ਇਟਸ ਅਬਾਊਟ 75 or 60, ਹਾਊ ਮੱਚ ਹੈਵ ਯੂ ਕਲੀਅਰਡ ਆਊਟ ਸੋਨਾਲੀ? 35% ਉਹਦੇ 'ਚੋਂ ਕਲੀਅਰ ਹੋ ਗਿਆ, ਜਿਹੜਾ 90-90% ਬਲੋਕ ਸੀਗੇ ਨਾਲੇ ਜਾਂ ਜਿਹੜੀਆਂ ਸੀਵਰੇਜ ਬਲੋਕ ਸੀ। ਇਹ ਰੋਜ਼ਮਰਾ ਦੀਆਂ ਗੱਲਾਂ, ਅਸੀਂ ਹਵਾਈ ਗੱਲਾਂ 'ਚ ਬਹੁਤ ਬਿਲੀਵ ਕਰਦੇ ਹਾਂ, ਲੇਕਿਨ ਅਸਲੀ ਜਿਹੜੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਨਫਲੂਐਂਸ ਕਰਦੀਆਂ ਨੇ,
we've ignored them completely, क्योंकि 90% sewage एक दिन च ब्लॉक नहीं हो सकता सी।